ਨੂੰ ਮਿਲੀ ਵੱਡੀ ਕਾਮਯਾਬੀ ਦੱਸਦੀ ਹੈ ਕਿ ਗੁਰਦਾਸ ਨੰਗਲ ਤੋਂ ਲਾਪਤਾ ਹੋਇਆ ਬੱਚਾ 6ਵੇਂ ਦਿਨ ਅੱਜ ਮਿਲ ਗਿਆ। 14 ਅਗਸਤ ਨੂੰ ਪਿੰਡ ਗੁਰਦਾਸ ਨੰਗਲ ਤੋਂ ਲਾਪਤਾ ਹੋਇਆ ਬੱਚਾ ਦੀਪਕ ਸ਼ਰਮਾ ਨਾਂ ਦਾ ਅੱਜ 6ਵੇਂ ਦਿਨ ਮੰਗਲਵਾਰ ਨੂੰ ਮਿਲ ਗਿਆ। ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਬੱਚਾ ਅੰਮ੍ਰਿਤਸਰ ਤੋਂ ਬਰਾਮਦ ਹੋਇਆ ਹੈ ਤੇ ਬਾਕੀ ਤੁਸੀਂ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਬਿਆਨ ਹੈ ਉਹ ਸੁਣ ਸਕਦੇ ਹੋ। ਆਖਿਰ ਬੱਚਾ ਕਿਸ ਤਰ੍ਹਾਂ ਇਹ ਮਿਲਿਆ? ਠੀਕ ਹੈ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਹੈ ਵੀ ਸਾਡੇ ਨਾਲ ਚੱਲੇ ਰਹੇ। ਜੇ ਕਿਸੇ ਚੀਜ਼ ਤੋਂ ਕਮੀ ਨਹੀਂ ਆਉਣ ਦਿੱਤੀ, ਪੈਸੇ ਧੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ। ਸਾਡਾ ਫੋਨ ਬੰਦ ਸੀ, ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ, ਤਾਂ ਅਸੀਂ ਵੀ ਕਰ ਰਹੇ ਹਾਂ ਕੋਸ਼ਿਸ਼, ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਵੇ। ਬਹੁਤ ਇਹਨਾਂ ਨੇ ਮਿਹਨਤ ਕੀਤੀ, ਸਾਰੇ ਕੈਮਰੇ ਕੁਮਰੇ ਚੈੱਕ ਕਰਤੇ, ਜਿੱਦਾਂ ਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਤਲਬ ਵੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ। ਅਸੀਂ SHO ਬਲਜੀਤ ਕੌਰ ਦਾ ਅਤੇ DSP ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ, ਸਾਰੇ ਪੁਲਿਸ ਮੁਲਾਜ਼ਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ। ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ, ਅਤੇ ਮੁਲਾਜ਼ਮਾਂ ਨੂੰ ਵੀ ਇਸ ਗੱਲ ਦੀ ਇਨਫੋਰਮੇਸ਼ਨ ਹੋਈ ਜਾਂ ਉਹਨਾਂ ਨੇ ਵੀਡੀਓ ਦੇਖੀ ਹੈ ਅਤੇ ਬੱਚਾ ਫੋਨ ਆਇਆ ਅਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ। ਹਾਂਜੀ, ਬੱਚਾ ਅੱਜ ਬਹੁਤ ਦਿਨ ਬਾਅਦ ਆਇਆ, ਮੈਂ ਬਹੁਤ ਖੁਸ਼ ਹਾਂ, ਮੇਰੀ ਖੁਸ਼ੀ ਦੇ ਆਸੂ। ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੀ ਮੁਸ਼ੱਕਤ ਦੇ ਨਾਲ ਸਾਡਾ ਬੱਚਾ ਬਰਾਮਦ ਕੀਤਾ। ਮੈਡਮ SHO ਦਾ, DSP ਜੀ ਦਾ, ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਡਾ ਬੱਚਾ ਬਰਾਮਦ ਕੀਤਾ। ਰਾਜੀ ਖੁਸ਼ੀ, ਔਰ ਮੇਰੇ ਮਨ 'ਚ ਬਹੁਤ ਬਹੁਤ ਖਿਆਲ ਆ ਰਹੇ ਸੀ, ਲੇਕਿਨ ਅੱਜ ਮੈਂ ਇਹਨਾਂ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ। ਹਾਂਜੀ, ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ, ਪੋਸਟ ਨੂੰ ਦੇਖਿਆ, ਜਿਨ੍ਹਾਂ ਨੇ ਪੜ੍ਹਿਆ, ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ। ਮੈਂ ਬਹੁਤ ਬੱਚਾ ਘਰ ਆ ਰਿਹਾ ਹੁਣ, ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼, ਮੈਂ ਬਿਆਨ ਨਹੀਂ ਕਰ ਸਕਦੀ। ਭੈਣ, ਜਿਸ ਤਰ੍ਹਾਂ ਕਿ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ, ਉਦੋਂ ਕਿਸ ਤਰ੍ਹਾਂ ਦੀ ਖੁਸ਼ੀ? ਜਦੋਂ ਬੱਚਾ ਮਿਲ ਗਿਆ, ਮੇਰੇ ਕਦਮ ਜਿਹੜੇ ਰੁਕ ਨਹੀਂ ਰਹੇ ਸੀ, ਬਸ ਇੱਦਾਂ ਰਹੇ ਸੀ ਕਿ ਮੈਂ ਭੱਜ ਕੇ ਆਪਣੇ ਬੱਚੇ ਕੋਲ ਚਲੀ ਜਾਵਾਂ ਔਰ ਗੱਲ ਨਾਲ ਲਗਾ ਲਾਂ ਆਪਣੇ ਬੱਚੇ ਨੂੰ। ਅਤੇ ਹੁਣ ਜਿਸ ਤਰ੍ਹਾਂ ਕਿ ਤੁਸੀਂ ਬੱਚਾ ਲੈ ਕੇ ਆ ਗਏ ਹੋ, ਹੁਣ ਜਿਹੜਾ ਆ ਪ੍ਰਸ਼ਾਸਨ ਅਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ, ਇਹਨਾਂ ਦਾ ਬਹੁਤ ਧੰਨਵਾਦ ਹੈ, ਬਹੁਤ ਜ਼ਿਆਦਾ, ਮੀਡੀਆ ਨਾਲ ਦਾ ਵੀ, ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਪਹਿਲੀ ਗੱਲ, ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬੱਚਾ ਬਰਾਮਦ ਹੋਇਆ, ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰ ਸਿੰਘ ਨੇ ਉਸ ਨਾਲ ਬਹੁਤ ਮਿਹਨਤ ਕੀਤੀ ਹੈ, ਮਿਹਨਤ ਸਾਰੇ ਮੀਡੀਆ ਦੇ ਜ਼ਰੀਏ ਸਾਰੇ ਬੱਚਾ ਤੁਸੀਂ ਪਹੁੰਚ ਪਾਏ ਤਾਂ ਬੱਚਿਆਂ ਨੂੰ ਮਾਂ ਪਿਓ ਸਹੀ ਸਲਾਮਤ ਘਰ ਪਹੁੰਚਾ ਦਿੱਤਾ। ਸਰ, ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ, ਇਸ ਚੀਜ਼ ਨੂੰ ਕਿਵੇਂ ਬਿਆਨ ਕਰੋ? ਬਿਲਕੁਲ ਜੀ, ਉਪਲਬਧੀ ਤਾਂ ਹੈ, ਅਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਿਆ ਬੱਚਾ ਚੱਲ ਗਿਆ ਸੀ ਘਰੋਂ, ਅਤੇ ਕਿੱਥੇ ਚੱਲ ਗਿਆ ਕਿਸ ਨੂੰ ਕੋਈ ਪਤਾ ਨਹੀਂ ਸੀ। ਉਪਲਬਧੀ ਤਾਂ ਜੋ ਸਾਰਿਆਂ ਦੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ, ਮਾਂ ਪਿਓ ਦੇ ਜ਼ਰੀਏ, ਸਾਰੇ ਅਫਸਰਾਂ ਦੇ, ਪੁਲਿਸ ਅਫਸਰਾਂ ਦੇ ਜ਼ਰੀਏ, ਸਾਡੇ ਪੁਲਿਸ ਮੁਲਾਜ਼ਮ ਮਿਹਨਤ ਕਰੀ, ਕਿਸ ਨਾ ਕਿਸ ਤਰ੍ਹਾਂ ਆਪਾਂ ਉਸ ਮੰਜ਼ਿਲ ਦਾ ਜਿਹੜੇ ਪਹੁੰਚ ਗਏ। ਬਹੁਤ ਸਾਰੇ ਲੋਕ ਕਹਿੰਦੇ ਪੁਲਿਸ ਨੇ ਕੰਮੀ ਹੈ, ਕੁਝ ਕਰਦੀ ਨਹੀਂ, ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ, ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ? ਦੇਖੋ ਜੀ, ਇਹ ਤਾਂ ਸਾਰੇ ਸਾਹਮਣੇ ਆ ਜੀ, ਹੁਣ ਪਰਿਵਾਰ ਦੇ ਵਿੱਚ ਉਹ ਤੁਹਾਨੂੰ ਬਿਆਨ ਦਿੱਤੇ ਆ, ਅਤੇ ਪਬਲਿਕ ਦੇ ਸਾਹਮਣੇ ਆ ਜੀ, ਪੁਲਿਸ ਦਿਨ ਰਾਤ ਆਪਣਾ ਜਿਹੜਾ ਫਰਜ਼ ਨਿਭਾਇਆ ਡਿਊਟੀ ਦਾ, ਉਹ ਫਰਜ਼ ਨਿਭਾਇਆ ਜੀ, ਆਪਣਾ ਸਾਰਾ ਜਿਹੜਾ ਫਰਜ਼ ਆਪਣਾ ਫਰਜ਼ ਅਦਾ ਕੀਤਾ ਜੀ। ਸਰ, ਜਿਹੜੇ ਲੋਕ
ਤੁਹਾਡਾ ਟਾਈਮ ਜ਼ਰੂਰ ਸੁਣਦੇ ਪਏ ਆ, ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰੋਵੀਜ਼ਨ ਜਾਂ ਬੱਚਿਆਂ ਦਾ ਖਿਆਲ ਰੱਖਣ ਵਾਸਤੇ ਤੁਸੀਂ ਕੀ ਕਹਿਣਾ? ਬਿਲਕੁਲ ਜੀ, ਅਸੀਂ ਇਹ ਗੱਲ ਜ਼ਰੂਰ ਕਹਾਂਗੇ, ਕੋਈ ਵੀ ਬੱਚਾ ਵਾ ਪੇਰੈਂਟਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ, ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ, ਅਤੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਂ ਬਾਪ ਦੱਸੇ ਬਿਨਾਂ ਕਿਤੇ ਨਾ ਜਾਣ, ਬਿਨਾਂ ਦੱਸੇ ਕਿਤੇ ਇਹ ਦੋ ਤਾਂ ਨਾ ਜਾਣ, ਜਿੱਥੇ ਵੀ ਜਾਣਾ ਆਪਣੇ ਮਾਂ ਬਾਪ ਪੇਰੈਂਟਸ ਦੱਸ ਕੇ ਜਾਣ। ਬਿਲਕੁਲ ਜੀ ਸਰ, ਇਸ ਟਾਈਮ ਬੱਚਾ ਘਰ ਲੈ ਕੇ ਆਏ ਹੋ, ਪਿੰਡ ਦੇ ਵਿੱਚ ਵੀ ਤੁਸੀਂ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਵੇਟ ਕਰਦੇ ਪਏ ਆ, ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ? ਬਿਲਕੁਲ, ਸਾਨੂੰ ਤਾਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ, ਪਰ ਮੇਰੇ ਬੱਚੇ ਪਬਲਿਕ ਬੰਦੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ, ਮਾਂ ਪਿਓ ਪੂਰਾ ਖੁਸ਼ ਆ ਜੀ, ਅਸੀਂ ਉਹਨਾਂ ਨਾਲ ਸਾਡੇ ਖੁਸ਼ ਹਾਂ, ਸਾਡੇ ਖੁਸ਼ ਸਹਿਮਤ। ਬਿਲਕੁਲ ਜੀ। ਅਤੇ ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ।